ਚੀਲੋ ਸਾਹਿਬ ਅੱਜ ਪੰਜਾਬ ਸਰਕਾਰ ਦੀ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ ਤੇ ਸੀਐਮ ਭਗਵੰਤ ਮਾਨੌਰਣ ਦੇ ਵੱਲੋਂ ਕਿਸਾਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ। ਉਹਨਾਂ ਨੇ ਕਿਹਾ ਕਿ ਧਰਨਾ ਲਾਉਣਾ ਪੰਜਾਬ ਦੇ ਵਿੱਚ ਇੱਕ ਰਵਾਜ ਜਾ ਹੋ ਗਿਆ। ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਸੀ ਸੰਗਰੂਰ ਦੇ ਵਿੱਚ। ਕੁਝ ਮੰਤਰੀਆਂ ਨੇ ਨਾਲ ਮਿਲ ਕੇ ਉਹਨੂੰ ਠੀਕ ਕਰਾਇਆ ਹੱਲ ਕੀਤਾ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇਹ ਨਹੀਂ ਹੈ ਕਿ ਹਰ ਗੱਲ ਦੇ ਉੱਤੇ ਤੁਸੀਂ ਧਰਨਾ ਦੇ ਚੱਲ ਪੋਏ ਰਵਾਜ ਬਣ। ਇਹ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਕਿਸਾਨਾਂ ਦੇ ਵਿਚਕਾਰ ਇਹ ਰੀੜਕਾ ਟਕਰਾ ਬੰਦਾ ਨਜ਼ਰ ਆ ਰਿਹਾ ਹੈ ਅਗਲੇ ਸਮੇਂ ਦੇ ਵਿੱਚ ਟਕਰਾ ਹੋਰ ਵੱਧ ਸਕਦਾ ਆ ਜਿਹੜਾ ਬਿਜਲੀ ਐਕਟ 2000 ਭਾਈ ਆ ਰਿਹਾ ਹੈ ਇਹਦੇ ਵਿੱਚ ਤਾਂ ਉਹ ਕਿਹਾ ਗਿਆ ਕਿ ਮੁਕਤ ਕਿਸਮ ਦਿੱਤੀ ਨਹੀਂ ਜਾਏਗੀ ਸਬਕੀ ਇਹ ਜਿਹੜੀ 2 ਕਰੋੜ 70 ਲੱਖ ਦੇ ਵਿੱਚੋਂ 1 ਕਰੋੜ 54 ਲੱਖ ਨੇ ਨੀਡੇ ਕਾਰਡ ਬਣਾ ਲਏ। ਵਾਹ ਮਾਦੇ ਪੁੱਤੋ ਜਿਨ੍ਹਾਂ ਦੇ ਬੰਨੇ ਚਾਹੀਦੇ ਸੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਹੈ ਤੇ ਜਦੋਂ ਬੁਖਤ ਦਾ ਕੁਝ ਮਿਲਦਾ ਹੋਵੇ ਕਹਿੰਦੇ ਬਗਦੀ ਗੰਗਾ ਵਿੱਚ ਹੱਥ ਧੋੜੋ ਤੁਹਾਨੂੰ ਸਾਹ ਦੂਜੇ ਪਾਸੇ ਆਮ ਆਦੀ ਪਾਰਟੀ ਇਹ ਵੀ ਦਾਵਾ ਕਰਦੀ ਹੈ ਕਿ ਪੰਜਾਬ ਦੇ ਜਿਹੜੇ ਘਰੇਲੂ ਖਪਤਕਾਰ ਨੇ ਉਹਨਾਂ ਦਾ ਤਕਰੀਬਨ 97% ਲੋਕਾਂ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆਇਆ ਹੈ। ਮੈਨੂੰ ਤਾਂ ਪਤਾ ਨਹੀਂ ਜੀ ਅਸੀਂ ਕਿਹੜੇ ਪਰਸੈਂਟ ਤੋਂ ਅਸੀਂ ਅਜੇ ਹੁਣ 4000 ਪਰਕੇ ਹਟਿਆ ਏਸੇ ਵੀ ਨਹੀਂ 84.58% ਘਰੇਲੂ ਖਪਤਕਾਰਾਂ ਨੂੰ 15 ਨਵੰਬਰ ਤੱਕ ਜ਼ੀਰੋ ਬਿਲ ਮਿਲੇ ਨੇ ਨਵੰਬਰ ਨੂੰ ਜਾਰੀ ਹੋਏ ਬਿਲਾਾਂ ਦੇ ਵਿੱਚ 87.87% ਲੋਕਾਂ ਨੂੰ ਜ਼ੀਰੋ ਬਿਲ ਭੇਜੇ ਗਏ ਨੇ ਸਰ ਸਭ ਦੂਜੇ ਪਾਸੇ ਅਕਾਲ ਤੱਕ ਦੇ ਜਿੱਤੇਦਾਰ ਜਾਨੀ ਹਰਕੇ ਸਿਉਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿ ਜੇਕਰ ਹਿੰਦੂ ਰਾਸ਼ਟਰੀ ਗੱਲ ਕੀਤੀ ਜਾ ਸਕਦੀ ਹੈ ਤਾਂ ਸਿੱਖ राष्ट्र ਦੀਆਂ ਗੱਲਾਂ ਕਰਨ ਤੇ ਕੀ ਗਲਤੀ ਹੋ ਸਕਦੀ ਹੈ ਇਨਕਾਰ ਕਰਦੇ ਜਿਹੜੀ ਵੀ ਗੱਲ ਸੰਵਿਧਾਨ ਦੇ ਦਾਇਰੇ ਚ ਆਉਂਦੀ ਹੈ ਬਿਲਕੁਲ ਜਾਇਜ਼ ਹੈ ਪਰ ਇੱਥੇ ਘੱਟ ਗਿਣਤੀਆਂ ਨੂੰ ਜਾਣ ਬੁੱਝ ਕੇ ਇੱਕ ਹੋਰ ਮਾਪ ਡੰਡਰਾਲ ਤੋਲਿਆ ਜਾਂਦਾ ਨਾਪਿਆ ਜਾਂਦਾ ਹੈ ਬੌਗੰਗਿਆਂ ਨੂੰ। ਕਿਉਂਕਿ ਸਾਡੇ ਦੂਜੇ ਪਾਸੇ ਸਰਦੀ ਇਲਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਆਰਥੀ ਜਾਣ ਦੇ ਲਈ ਬੜੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਸਕੂਲ ਦੇ ਵਿੱਚ ਜਾਣ ਵਾਸਤੇ ਦਰਿਆ ਪਾਰ ਕਰਕੇ ਕਈ ਕਿਲੋਮੀਟਰ ਪੈਦਲ ਜਾਣਾ ਪੈਂਦਾ। ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀ? ਸਤਲੁਜ ਦਰਿਆ ਇਸ ਕਾਲੂ ਆ ਪਿੰਡ ਦੇ ਤਿੰਨ ਪਾਸਿਓਂ ਲੱਗਦਾ ਹੈ। ਫਿਰ ਉਹ ਦਰਿਆ ਪਾਰ ਕਰਦੇ ਆ ਜਿਹੜਾ ਲਗਭਗ ਅੱਧਾ ਕਿਲੋਮੀਟਰ ਹੈ ਪੇੜੀ ਰਾਹੀਂ। ਅਸੀਂ ਮੈਂ ਦੇਖ ਰਹੇ ਹਾਂ ਕਿ ਬੇੜੀ ਰਾਹੀ ਦਰਿਆ ਪਾਰ ਕਰਨ ਵਾਲਿਆਂ ਕੋਲੇ ਸੁਰੱਖਿਆ ਬੈਲਟਾਂ ਵੀ ਨਹੀਂ ਸਸਿਕਲ ਜੀ ਤੁਸੀਂ ਵੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਮਨਦੀਪ ਸਿੰਘ ਵੱਲੋਂ ਪਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਪ੍ਰਮੁੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਾਡੇ D5 ਚੈਨਲ ਪੰਜਾਬੀ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜੁੜ ਚੁੱਕੇ ਨੇ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਢਿੱਲੋਂ ਸਾਹਿਬ ਬਹੁਤ ਸਵਾਗਤ ਜੀ ਬਹੁਤ শুকਰਿਆ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਅੱਜ ਪੰਜਾਬ ਸਰਕਾਰ ਦੀ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੁਝ ਵੱਡੇ ਫੈਸਲੇ ਲਏ ਗਏ ਨੇ ਤੇ ਸੀਐਮ ਭਗਵੰਤ ਮਾਨ ਮਰਨ ਦੇ ਵੱਲੋਂ ਕਿਸਾਨਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਕਿਹਾ ਕਿ ਧਰਨਾ ਲਾਉਣਾ ਪੰਜਾਬ ਦੇ ਵਿੱਚ ਇੱਕ ਰਵਾਜਾ ਹੋ ਗਿਆ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਤਾਂ ਜਿਹੜੀ ਉਹਨਾਂ ਨੇ ਕੈਬਨਟ ਮੀਟਿੰ ਉਸ ਕੈਬਨਟ ਮੀਟਿੰਗ ਦੇ ਵਿੱਚ ਕਈ ਫੈਸਲੇ ਕੀਤੇ ਨੇ ਪੈਨਸ਼ਨ ਵਾਲਾ ਵੀ ਹੈ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਵੀ ਹੈ ਉੱਥੇ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਸਹਾਇਕ ਅਧਿਆਪਕਾਂ ਦੀ ਸਹਾਇਕ ਪ੍ਰੋਫੈਸਰਾਂ ਦੀ ਉਹਦੀ ਗੱਲ ਵੀ ਕੀਤੀ ਹੈ ਗੰਨੇ ਦੀ ਕੀਮਤ ਦਾ ਜਿਹੜਾ ਵਾਅਦਾ ਕੀਤਾ ਉਹਦੇ ਨਾਲ ਵੀ ਸੰਬੰਧਤ ਗੱਲ ਕੀਤੀ ਹੈ ਉਹਨਾਂ ਨੇ ਆਪਣੀ ਸਰਕਾਰ ਦੀਆਂ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਦੱਸੀਆਂ ਨੇ ਜੀ ਕਿ ਅਸੀਂ ਆਹਾਹਾ ਇਹਦੇ ਕੁਝ ਕੀਤਾ ਹੈ ਦੂਸਰੇ ਪਾਸੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਧਰਨਾ ਰਸਤਿਆਂ ਨੂੰ ਰੋਕਣ ਦਾ ਸ਼ੁਰੂ ਕੀਤਾ ਇਹਦੇ ਤੇ ਤੰਜ ਕਸਿਆ ਅਜੇ 4 ਦਿਨ ਪਹਿਲਾਂ ਤੁਸੀਂ ਕਹਿ ਲਓ ਪਤੋਂ 10 ਦਿਨ ਹੀ ਹੋਏ ਹੋਣਗੇ ਜਦੋਂ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਕਿਸਾਨਾਂ ਨੇ ਧਰਨਾ ਦਿੱਤਾ ਹੋਇਆ ਸੀ ਸੰਗਰੂਰ ਦੇ ਵਿੱਚ ਜੀ ਕੁਝ ਮੰਤਰੀਆਂ ਨੇ ਨਾਲ ਮਿਲ ਕੇ ਉਹਨੂੰ ਜੋ ਠੀਕ ਕਰਾਇਆ ਹੱਲ ਕਰਾਇਆ ਅਸੀਂ ਮੰਨਦੇ ਹਾਂ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਸਾਨੀ ਦੀ ਦੁਰਦਸ਼ਾ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇਹ ਨਹੀਂ ਹੈ ਕਿ ਹਰ ਗੱਲ ਦੇ ਉੱਤੇ ਤੁਸੀਂ ਧਰਨਾ ਦੇਣ ਚੱਲ ਪੋ ਇਹ ਰਵਾਜ ਬਣ ਗਿਆ ਹੂੰ ਇੰਜ ਲੱਗਦਾ ਕਿ ਅਗਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੇ ਕਿਸਾਨਾਂ ਦੇ ਵਿਚਕਾਰ ਇਹ ਰੇੜਕਾ ਟਕਰਾਅ ਬੰਦਾ ਨਜ਼ਰ ਆ ਰਿਹਾ ਹੈ ਅਗਲੇ ਸਮੇਂ ਦੇ ਵਿੱਚ ਟਕਰਾਅ ਹੋਰ ਵੱਧ ਸਕਦਾ ਹੈ ਦੂਜੀ ਗੱਲ ਇਹ ਵੀ ਗੱਲ ਠੀਕ ਹੈ ਤੁਹਾਨੂੰ ਸ਼ਾਂਤੀ ਵਿੱਚ ਰਹਿ ਕੇ ਕੋਈ ਵੀ ਕੰਮ ਕਰੋ ਕੋਈ ਵੀ ਪ੍ਰਦਰਸ਼ਨ ਕਰੋ ਸੰਵਿਧਾਨ ਤੁਹਾਨੂੰ ਆਗਿਆ ਦਿੰਦਾ ਹੈ ਪਰ ਇਹ ਵੀ ਨਹੀਂ ਹੈ ਕਿ ਚਾਰ ਦਿਨਾ ਬਾਅਦ ਹੀ ਤੁਸੀਂ ਕਿਤਨਾ ਕਿਤੇ ਆਵਾਜ਼ਾਂ ਹੀ ਰੋਕ ਲਵੋ ਅੱਜ ਦੇ ਜਵਾਨੇ ਵਿੱਚ ਇਹ ਤੇਜ਼ ਰਫਤਾਰ ਯੁੱਗ ਹੈ ਇਹ ਤੇਜ਼ ਰਫਤਾਰ ਯੁੱਗ ਦੇ ਵਿੱਚ ਬੰਦਿਆਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਖੁਸ਼ੀ ਦੇ ਮਾਮਲਿਆਂ 'ਚ ਵੀ ਗਮੀ ਦੇ ਮਾਮਲਿਆਂ ਦੇ ਵਿੱਚ ਵੀ ਜਾਣਾ ਹੈ ਮੇਰਾ ਖਿਆਲ ਸਰਕਾਰ ਤੇ ਕਿਸਾਨਾਂ ਨੂੰ ਮਿਲ ਬੈਠ ਕੇ ਕੋਈ ਬਦਲ ਮਾਰਾ ਕਰਨਾ ਚਾਹੀਦਾ ਤੁਸੀਂ 24 ਘੰਟੇ ਜੇ ਇਸੇ ਤਰ੍ਹਾਂ ਹੀ ਰੱਖੋਗੇ ਕਿਸਾਨ ਧਰਨਾ ਜਾਰੀ ਰੱਖਣਾ ਹੈ ਮੈਨੂੰ ਇੱਕ ਵਿਦਵਾਨ ਦਾ ਫੋਨ ਆਇਆ ਜਿਹੜਾ ਖੇਤੀ ਦਾ ਬਹੁਤ ਮਹਾਰਤ ਹੈ ਉਹ ਕਹਿੰਦਾ ਕਿ ਜਿਹੜੀ ਬਿਜਲੀ ਮੁਕਤ ਦਿੱਤੀ ਜਾ ਰਹੀ ਹੈ ਜੋ ਕਿਸਾਨ ਆ ਜਿਹੜਾ ਬਿਜਲੀ ਐਕਟ 2000 ਭਾਈ ਆ ਰਿਹਾ ਹੈ ਇਹਦੇ ਵਿੱਚ ਤਾਂ ਉਹ ਕਿਹਾ ਗਿਆ ਕਿ ਮੁਕਤ ਕਿਸੇ ਨੂੰ ਦਿੱਤੀ ਨਹੀਂ ਜਾਏਗੀ ਸਬਸਿਡੀ ਨਹੀਂ ਹੋਣੀ ਚਾਹੀਦੀ ਜੇ ਲਾਗੂ ਹੋ ਗਿਆ ਕੱਲੂ ਬਿਜਲੀ ਖਰੀਦਣੀ ਹੈ ਜਿਸ ਤਰ੍ਹਾਂ ਸਰਕਾਰ ਕਰਜ਼ੇ ਤੇ ਕਰਜ਼ਾ ਲੈ ਰਹੀ ਹੈ ਕੱਲੂ ਜਦੋਂ ਬਿਜਲੀ ਖਰੀਦਣੀ ਪਈ ਤਾਂ ਖਾਲੀ ਢੋਲੇ ਵਾਂਗ ਖਜ਼ਾਨੇ ਚ ਕਖਰਾ ਹੋਇਆ ਤੁਸੀਂ ਪੈਸੇ ਲੈ ਕੇ ਕਿੱਥੋਂ ਆਉਣੇ ਨੇ ਤੇ ਬਿਜਲੀ ਬਿਲੀ ਨਾ ਫਿਰ ਅਸੀਂ ਲੋਕ ਆਮ ਤੌਰ ਤੇ ਗ੍ਰਿਡਾਂ ਨੂੰ ਘੇਰਨ ਤਰ੍ਹਾਂ ਪੈਂਦੇ ਆ ਕੋਈ ਹੋਰ ਤਰ੍ਹਾਂ ਪੈਂਦੇ ਆ ਟਕਰਾਅ ਵੀ ਬੜੇ ਹੁੰਦੇ ਨੇ ਬਿਲਕੁਲ ਜੀ ਜੇ ਅਸੀਂ ਸੁੱਖ ਸਹੂਲਤਾ ਮੰਨਣੀਆਂ ਨੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਪੰਗੇ ਆਪ ਪੈਦਾ ਕਰਦੀਆਂ ਨੇ ਕਿਸੇ ਨੇ ਕਦੋਂ ਕਿਹਾ ਸੀ ਕਿਸੇ ਕਿਸਾਨ ਨੇ ਅਜੇ ਤੱਕ ਨਹੀਂ ਕਿਹਾ ਕਿ ਸਾਨੂੰ ਮੁਕਤ ਬਿਜਲੀ ਦੇ ਦਿਓ ਕਿਸੇ ਕਹਾਲੇ ਨੇ ਨਹੀਂ ਕਿਹਾ ਕਿ ਸਾਨੂੰ ਮੁਕਤ ਬਿਜਲੀ ਦੇ ਦਿਓ ਕਿਸਾਨਾਂ ਦੀ ਮੰਗ ਤਾਂ ਡਾਕਟਰ ਸੁਆਮੀ ਨਾਥਨ ਕਮਿਸ਼ਨ ਤੇ ਹੈ ਕਿ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਸਪਾਰਸ਼ ਮੁਤਾਬਕ ਸਾਨੂੰ ਫਸਲਾਂ ਦੇ ਭਾਅ ਦੇ ਦਿਓ ਅਸੀਂ ਕਦੇ ਨਹੀਂ ਮੰਗਦੇ ਤੁਹਤੋਂ ਮੁਕਤ ਬਿਜਲੀ ਇਸੇ ਤਰ੍ਹਾਂ ਜਦੋਂ ਤੁਸੀਂ ਮੁਕਤ ਕਰੋਗੇ ਆਪ ਕਰੋਗੇ ਕੇਂਦਰ ਸਰਕਾਰ ਵੀ ਤਾਂ 6000 ਰੁਪਏ ਦਿੰਦੀ ਹੈ ਭਾਵੇਂ ਊਠ ਦੀ ਮੂੰਹ ਵਿੱਚ ਜੀਰੇ ਦੇ ਬਰਾਬਰ ਹੈ ਪਰ ਦਿੰਦੀ ਤਾਂ ਹੈ ਨਾ ਤੇ ਪਰਾਲੀ ਵਾਲੇ ਮੁੱਦੇ ਤੇ ਅਸੀਂ ਇਸੇ ਗੱਲ ਤੇ ਲੱਗੇ ਪਿਆ ਸਰਕਾਰ ਕਰੇ ਸਰਕਾਰ ਕਰੇ ਸਰਕਾਰ ਕਰੇ ਸਰਕਾਰ ਕਿੰਨਾ ਕੁ ਕੁਛ ਕਰੇ ਕੀ ਅਸੀਂ ਇਮਾਨਦਾਰੀ ਨਾਲ ਕੋਈ ਟੈਕਸ ਸਰਕਾਰ ਦੇ ਖਾਤੇ ਚ ਪਾਉਂਦੇ ਆ ਪਹਿਲਾਂ ਸਰਕਾਰਾਂ ਨੇ ਮੁਕਤ ਖੁਰ ਗਿਆ ਕਰਤੀਆਂ ਮੜਾ ਮੂਟਾ ਤੁਸੀਂ ਦੇਣ ਨੂੰ ਤਿਆਰ ਨਹੀਂ ਸਰਕਾਰ ਚੱਲਣੀ ਕਿਵੇਂ ਹੈ ਸਰਕਾਰ ਸਹੂਲਤਾ ਦੇਵੇ ਪੈਸੇ ਸਤੋਂ ਲਭੇ ਮੈਂ ਇਸ ਗੱਲ ਦਾ ਧਾਰਨੀ ਐ ਮੇਰੀ ਨਜ਼ੀਰਾ ਐ ਪਰ ਸਰਕਾਰਾਂ ਨੇ ਇਹਨਾਂ ਲੋਕਾਂ ਨੂੰ ਮੁਕਤ ਕੋਰਗਾਲੇ ਪਾਸੇ ਤੋਰਤਾ ਹੈਰਾਨੀ ਉਦੋਂ ਹੁੰਦੀ ਹੈ ਜਦੋਂ 2 ਲੱਖ 2 ਕਰੋੜ 77 ਲੱਖ ਦੇ ਵਿੱਚੋਂ 1 ਕਰੋੜ ਤੇ 54 ਲੱਖ ਨੇ ਨੀਲੇ ਕਾਰਡ ਬਣਾਲੇ ਵਾਹ ਮਾਦੇ ਪੁੱਤੋ ਜਿਨ੍ਹਾਂ ਦੇ ਬੰਨੇ ਚਾਹੀਦੇ ਸੀ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਹੈ ਤੇ ਜਦੋਂ ਮੁਕਤ ਦਾ ਕੁਝ ਮਿਲਦਾ ਹੋਵੇ ਕਹਿੰਦੇ ਬਗਦੀ ਗੰਗਾ ਵਿੱਚ ਹੱਥ ਧੋ ਲੋ ਇਨਾ ਸਿਆਸਤਦਾਨਾਂ ਨੇ ਗੁਰੂ ਨੇ ਕਿਹਾ ਸੀ ਕਿਰਤ ਕਰੋ ਤੁਸੀਂ ਇਹ ਮੰਗ ਕਰੋ ਕਿ ਸਾਨੂੰ ਕਿਰਤ ਕਰਕੇ ਸਾਨੂੰ ਨੌਕਰੀਆਂ ਦਿਓ ਰੋਜ਼ਗਾਰ ਦੇ ਪ੍ਰਬੰਧ ਕਰੋ ਤੇ ਬਿੱਲ ਵਗੈਰਾ ਅਸੀਂ ਆਪੇ ਭਰ ਲਾਂਗੇ ਪਰ ਜਦੋਂ ਸਰਕਾਰਾਂ ਵੀ ਮੁਕਤਖੁਰੀ ਤੇ ਉਤਰਿਆਉਣ ਤੇ ਬਾਬੇ ਨਾਨਕ ਦੇ ਸਿਧਾਂਤ ਤੋਂ ਉਲਟ ਜਾ ਕੇ ਗੱਲਾਂ ਕਰਨ ਫਿਰ ਇਹ ਚੰਗਾ ਨਹੀਂ ਰਹਿੰਦਾ ਸਾਨੂੰ ਬਾਬੇ ਨਾਨਕ ਦੇ ਸਿਧਾਂਤ ਤੋਂ ਉਲਟ ਜਾ ਕੇ ਸਾਰੇ ਕਹਿੰਦੇ ਆ ਕਿ ਬਾਬਾ ਨਾਨਕ ਜੀ ਨੂੰ ਮੰਨਦੇ ਆ ਪਰ ਬਾਬੇ ਨਾਨਕ ਦੀਆਂ ਕਈਆਂ ਹੋਈਆਂ ਗੱਲਾਂ ਤੇ ਨਹੀਂ ਦੰਦੇ ਜਿਨ੍ਹਾਂ ਨੇ ਕਿਹਾ ਸੀ ਕਿਰਤ ਕਰੋ ਵੰਡ ਛਕੋ ਨਾਮ ਜਪ ਜੀ ਕਿਉਂਕਿ ਉਹਨਾਂ ਸਾਹਿਬ ਦੂਜੇ ਪਾਸੇ ਆਮ ਆਦੀ ਪਾਰਟੀ ਇਹ ਵੀ ਦਾਵਾ ਕਰਦੀ ਹੈ ਕਿ ਪੰਜਾਬ ਦੇ ਜਿਹੜੇ ਖਰੇਲੂ ਖੱਫਤਕਾਰ ਨੇ ਉਹਨਾਂ ਦਾ ਤਕਰੀਬਨ 97% ਲੋਕਾਂ ਦਾ ਜਿਹੜਾ ਬਿੱਲ ਹੈ ਉਹ ਜ਼ੀਰੋ ਆਏ ਮੈਨੂੰ ਤਾਂ ਪਤਾ ਨਹੀਂ ਜੀ ਅਸੀਂ ਕਿਹੜੇ ਪਰਸੈਂਟ ਚੋਂ ਅਸੀਂ ਅਜੇ ਹੁਣ 4000 ਭਰ ਕੇ ਹਟਿਆ 8 ਸੇ ਮਹੀਨੇ ਜੀ ਹੁਣ ਜਨਵਰੀ ਚ ਆਊਗਾ ਇੱਕ ਚੀਜ਼ ਤਾਂ ਫਰਕ ਪੈ ਰਹੀ ਹੈ ਕਿ ਠੰਡ ਆਉਣ ਦੇ ਨਾਲ ਬਿਜਲੀ ਦੀ ਖਪਤ ਘਟਦੀ ਹੈ ਬਿਲਕੁਲ ਜੀ ਜਦੋਂ ਬਿਜਲੀ ਦੀ ਖਪਤ ਘਟ ਗਈ ਤੁਹਾਡਾ 600 ਜੂਨਟ ਤੋਂ ਥੱਲੇ ਆ ਗਿਆ 2 ਮਹੀਨਿਆਂ ਦਾ ਇਹਨਾਂ ਦੇ ਮੁਤਾਬਕ ਫਿਰ ਉਹ ਜ਼ੀਰੋ ਬਿਲ ਚ ਆਏਗਾ ਕਿਹਾ ਜਾ ਰਿਹਾ ਹੈ ਇਹਨਾਂ ਮੁਤਾਬਕ ਜੁਲਾਈ ਵਿੱਚ 62.36 ਅਗਸਤ ਵਿੱਚ 67.53 ਸਤੰਬਰ ਦੇ ਵਿੱਚ 70.4 74 ਇਹਨਾਂ ਦੇ ਜ਼ੀਰੋ ਬਿਲ ਆਏ ਨੇ ਅਕਤੂਬਰ ਦੇ ਵਿੱਚ 7607 76.07 ਇਹਨਾਂ ਦੇ ਹੈ ਸਰਦੀ ਸ਼ੁਰੂ ਹੋਣ ਦੇ ਨਾਲ ਹੀ 84.58% ਘਰੇਲੂ ਖਪਤਕਾਰਾਂ ਨੂੰ 15 ਨਵੰਬਰ ਤੱਕ ਜ਼ੀਰੋ ਬਿਲ ਮਿਲੇ ਨੇ 13 ਨਵੰਬਰ ਨੂੰ ਜਾਰੀ ਹੋਏ ਬਿਲਾਾਂ ਦੇ ਵਿੱਚ 87.87% ਲੋਕਾਂ ਨੂੰ ਜ਼ੀਰੋ ਬਿੱਲ ਭੇਜੇ ਗਏ ਨੇ ਪਤਾ ਨਹੀਂ ਹੁਣ ਜਿਹੜਾ ਨਵੰਬਰ ਦਸੰਬਰ ਦਾ ਜਾਰੀ ਹੋਏਗਾ ਉਹ ਕਿੰਨਾ ਬਿੱਲ ਜਾਰੀ ਹੋਵੇਗਾ ਜੀ ਜੀ ਸਰ ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿ ਜੇਕਰ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਸਿੱਖ ਰਾਸ਼ਟਰ ਦੀਆਂ ਗੱਲਾਂ ਕਰਨ ਤੇ ਕੀ ਗਲਤੀ ਹੋ ਸਕਦੀ ਹੈ ਇਨਕਾਰ ਕਰਦੀ ਹੈ ਸਰਕਾਰ ਦੇਖੋ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਿਹੜੀ ਵੀ ਗੱਲ ਸੰਵਿਧਾਨ ਦੇ ਦਾਇਰੇ ਚ ਆਉਂਦੀ ਆ ਬਿਲਕੁਲ ਜਾਇਜ ਐ ਜੀ ਪਰ ਇੱਥੇ ਘੱਟ ਗਿਣਤੀਆਂ ਨੂੰ ਜਾਣ ਬੁੱਝ ਕੇ ਇੱਕ ਹੋਰ ਮਾਪ ਡੰਡਰਾਲ ਤੋਲਿਆ ਜਾਂਦਾ ਨਾਪਿਆ ਜਾਂਦਾ ਬਹੁ ਗਿਣਤੀਆਂ ਨੂੰ ਹੋਰ ਸਾਡੇ ਕਾਰਜਕਾਰੀ ਜਥੇਦਾਰ ਗੈਨੀ ਹਰਪੀਸੇ ਹੋਰ ਅਨੇਕ ਹੈ ਕਿ ਜੇ ਲੋਕ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਆ ਜੇ ਉਹ ਜਾਇਜ ਹੈ ਫਿਰ ਸਿੱਖ ਰਾਸ਼ਟਰ ਦਾ ਗੱਲ ਕਿਉਂ ਮਾੜੀ ਹੈ ਇਹ ਜਦਰ ਸਭ ਨੇ ਅੱਜ ਕਹੀ ਹੈ ਵੀ ਕਿਵੇਂ ਗਲਤ ਹੋ ਸਕਦੀ ਹੈ ਮੈਂ ਸਮਝਦਾ ਕਿ ਦੋਵੇਂ ਜਾਇਜ ਨਹੀਂ ਜਾਂ ਦੋਵੇਂ ਨਹੀਂ ਜਾਇਜ ਨੇ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਕਈ ਚੀਜ਼ਾਂ ਨੂੰ ਅਸੀਂ ਅਸੀਂ ਇਸ ਗੱਲ ਦੇ ਹਾਮੀ ਆ ਧਾਰਨੀ ਹੈ ਕਿ ਇੱਥੇ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਦੋ ਫਿਰਕਿਆਂ ਦੇ ਵਿੱਚ 파ੜ ਪੈਂਦਾ ਹੋਵੇ ਇੱਕ ਫਿਰਕੇ ਵਾਲੇ ਕਹਿ ਦੇਣ ਪਰਚਾ ਦਰਜ ਹੋ ਜਾਂਦਾ ਤੇ ਦੂਜੇ ਵਾਲੇ ਕਹਿਣ ਮੈਂ ਜਿਹੜਾ ਉਹ ਹਰਿਮੰਦਰ ਸੋਨੀ ਹੈ ਉਹਦੇ ਤੇ ਇਹਨਾਂ ਦੇ ਸ਼ਬਸਾਨਾ ਦੇ ਸੂਬਾ ਆਗੂਆਂ ਨੇ ਕਾਰਵਾਈ ਕੀਤੀ ਆ ਠੀਕ ਕੀਤਾ ਉਹਨਾਂ ਨੇ ਔਰ ਕਲਤਾ ਉਹ ਕਹਿ ਬੈਠਾ ਬਾਤ ਦੇ ਵਿੱਚ ਫਿਰ ਸਫਾਈਆਂ ਦੇਈ ਜਾਂਦਾ ਮੈਂ ਤਾਂ ਇਹ ਗੱਲ ਕੀਤੀ ਹੋਣੀ ਸੀ ਮੈਂ ਤਾਂ ਇਹ ਗੱਲ ਕੀਤੀ ਹੋਣੀ ਸੀ ਜੇ ਪਹਿਲਾਂ ਹੀ ਸੋਚ ਕੇ ਬੋਲੋ ਤਾਂ ਅਸੀਂ ਸਮਝ ਸਕਦੇ ਹਾਂ ਕਿ ਫਿਰਕਿਆਂ ਦੇ ਵਿੱਚ 파ੜਾ ਕਦੇ ਵੀ ਨਾ ਵਧੇ ਈਮਾਨਦ ਭੱਗਾ ਹੋਣਾ ਨਹੀਂ ਚਾਹੀਦਾ ਪਰ ਇੱਥੇ ਲੋਕਾਂ ਦੇ ਜਿਹੜੇ ਕੰਨਾਂ ਤੱਕ ਮੂੰਹ ਪਾਟੇ ਆ ਉਤਰਾਂ ਤਰਾਂ ਦੀਆਂ ਆਵਾਜ਼ਾਂ ਕੱਢਦੇ ਆ ਜਿਨ੍ਹਾਂ ਨਾਲ ਪੰਜਾਬ ਦੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਹੁੰਦਾ ਹੋਵੇ ਉਸ ਤਰ੍ਹਾਂ ਦੀ ਗੱਲ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਜੱਦਰ ਸਾਹਿਬ ਨੇ ਮੁਕਾਬਲਾ ਤਨ ਕਰਕੇ ਗੱਲ ਕਹੀ ਹੈ ਵੀ ਜੇ ਹਿੰਦੂ ਰਾਸ਼ਟਰ ਤੁਹਾਡਾ ਸਹੀ ਹੈ ਤੇ ਸਿੱਖ ਰਾਸ਼ਟਰ ਫਿਰ ਕਿਵੇਂ ਗਲਤ ਹੋ ਸਕਦਾ ਹੈ ਉਹਦਾ ਮੁਕਾਬਲਾ ਕਰਨ ਕਰਕੇ ਜੱਦਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਠੀਕ ਕਹੀ ਹੈ ਜੀ ਡਾਕਟਰ ਸਾਹਿਬ ਦੂਜੇ ਪਾਸੇ ਸਰਦੀ ਇਲਾਕਿਆਂ ਦੇ ਵਿੱਚ ਸਕੂਲਾਂ ਦੇ ਵਿੱਚ ਵਿਦਿਆਰਥੀ ਜਾਣ ਦੇ ਲਈ ਬੜੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਸਕੂਲ ਦੇ ਵੀ ਜਾਣ ਵਾਸਤੇ ਦਰਿਆ ਪਾਰ ਕਰਕੇ ਕਈ ਕਿਲੋਮੀਟਰ ਪੈਦਲ ਜਾਣਾ ਪੈਂਦਾ ਸਰਕਾਰਾਂ ਧਿਆਨ ਕਿਉਂ ਨਹੀਂ ਦੇ ਰਹੀਆਂ ਇਹ ਤਸਵੀਰ ਜਿਹੜੀ ਅੱਜ ਛਪੀ ਹੈ ਜੀ ਔਰ ਮਨੁੱਖੀ ਅਧਿਕਾਰ ਕਮਿਸ਼ਨ ਕੌਮੀ ਉਹਨਾਂ ਨੇ ਇਹਦਾ ਜ਼ੋਰਦਾਰ ਨੋਟਸ ਲਿਆ ਕਿਉਂਕਿ ਜਿਹੜੇ ਅਖਬਾਰ ਨੇ ਪ੍ਰਮੁਖਤਾ ਨਾਲ ਛਾਪੀ ਹੈ ਸਤਲੁਜ ਦਰਿਆ ਬੱਚੇ ਪਾਰ ਕਰਦੇ ਨੇ ਪਿੰਡ ਦਾ ਨੌ ਹੈ ਜੀ ਇਹਦਾ ਕਾਲੂ ਬਾਲਾ ਉੱਥੇ 50 ਪਰਿਵਾਰ ਨੇ ਤੇ ਪ੍ਰਾਇਮਰੀ ਸਕੂਲ ਹੈ ਇਹ ਸਕੂਲ ਦੇ ਬੱਚੇ ਪਹਿਲਾਂ ਪੈਦਲ ਚੱਲਦੇ ਨੇ ਫਿਰ ਉਹ ਸਤਲੁਜ ਦਰਿਆ ਇਸ ਕਾਲੂਆ ਪਿੰਡ ਦੇ ਤਿੰਨ ਪਾਸਿਓਂ ਲੱਗਦਾ ਹੈ ਫਿਰ ਉਹ ਦਰਿਆ ਪਾਰ ਕਰਦੇ ਆ ਜਿਹੜਾ ਲਗਭਗ ਅੱਧਾ ਕਿਲੋਮੀਟਰ ਹੈ ਬੇੜੀ ਰਾਹੀਂ ਔਰ ਮੈਂ ਦੇਖ ਰਹੇ ਹਾਂ ਕਿ ਬੇੜੀ ਰਾਹੀਂ ਦਰਿਆ ਪਾਰ ਕਰਨ ਵਾਲਿਆਂ ਕੋਲੇ ਸੁਰੱਖਿਆ ਬੈਲਟਾਂ ਵੀ ਨਹੀਂ ਇਹ ਕਿਹਦੇ ਮਹੀਆ ਕਰਾਉਣਾ ਪ੍ਰਸ਼ਾਸਨ ਸੁੱਤਾ ਪਿਆ ਆ ਜਿਹੜਿਆਂ ਨੇ ਹੁਣ ਤੱਕ 12 ਵਾਰੀਆਂ ਤੇ ਪੰਜਾਬੀ ਸੂਬੇ ਲਈ ਤੇ ਕਾਂਗਰਸੀ ਅਸੀਂ ਆ ਕਰਤਾ ਉਹ ਕਰਤਾ ਫਲਾਣਾ ਕਰਤਾ ਟਿਪਕਾ ਕਰਤਾ 8 ਮਹੀਨੇ ਇਹਨਾਂ ਦੇ ਇਹ ਕਰਕੇ ਦਿਖਾਉਂਦੇ ਕਿ ਤੁਸੀਂ ਜਿਹੜੀ ਚੀਜ਼ 75 ਸਾਲਾਂ ਚ ਨਹੀਂ ਕਰ ਸਕੇ ਇਸ਼ਤਿਹਾਰ ਦੇ ਨਾਲ ਨਹੀਂ ਬਣਦਾ 7 ਮਹੀਨੇ ਬਰਾਮ 70 ਸਾਲ ਉਹ 7 ਮਹੀਨਿਆਂ ਦੇ ਵਿੱਚ ਤੁਹਾਡੀ ਇਸ਼ਤਿਹਾਰਬਾਜ਼ੀ ਨਹੀਂ ਕਿਸੇ ਨੇ ਪੁੱਛਣੀ ਆਹ ਜਿਹੜੀਆਂ ਸਮੱਸਿਆਵਾਂ ਨੇ ਮਨੁੱਖਤਾ ਦੇ ਆਧਾਰਿਤ ਸਮੱਸਿਆਵਾਂ ਨੇ ਇਹ ਪਹਿਲੇ ਪ੍ਰੋਗਰਾਮ ਦੇ ਵਿੱਚ ਭੁੱਲ ਗਏ ਸਾਡੇ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਇਹਨੂੰ ਪ੍ਰਮੁੱਖਤਾ ਨਾਲ ਲੈ ਰਹੇ ਹਾਂ ਔਰ ਜਾਂਦੇ ਕਿੱਥੇ ਨੇ ਗੱਟੀ ਰਾਜੋਕੇ ਗੱਟੀ ਰਾਜੋਕੇ ਦਾ ਇੱਕ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਇਹ ਕਾਲੂ ਬਾਲਾ ਦੇ ਬੱਚੇ ਉੱਥੇ ਜਾਂਦੇ ਨੇ ਮੈਂ ਇਸ ਪੰਜਾਬੀ ਅਖਬਾਰ ਦਾ ਧੰਨਵਾਦ ਦੀਆਂ ਕਿ ਇਹਨਾਂ ਨੇ ਮਨੁੱਖੀ ਮਨੁੱਖਤਾ ਦੇ ਭਲੇ ਵਾਲੀ ਖਬਰ ਨੂੰ ਪ੍ਰਮੁੱਖਤਾ ਨਾਲ ਲਿਆ ਹੈ ਔਰ ਤਿੰਨ ਚਾਰ ਦਿਨ ਤੋਂ ਕਦੇ ਇਹ ਪਰਾਲੀ ਵਾਲੇ ਮਾਮਲੇ ਨੂੰ ਤੇ ਕਦੇ ਸੜਕੀ ਜਿਹੜੇ ਹਾਦਸੇ ਵਾਪਰਦੇ ਐ ਉਹਨਾਂ ਨੂੰ ਬਹੁਤ ਪ੍ਰਮੁਖਤਾ ਨਾਲ ਛਾਪ ਰਹੇ ਨੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਸ ਗੱਲ ਦਾ ਧੰਨਵਾਦੀ ਐ ਤੇ ਅੱਜ ਮੌਜੂਦਾ ਸਰਕਾਰ ਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਆ ਕੁਝ ਉਹ ਸਕੂਲ ਦਾ ਹਾਲ ਐ ਜਿਹੜਾ ਇਹ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਐ ਇਸ ਲਈ ਘਟੋ ਘਟ ਅੱਠਵੀਂ ਦਾ ਕਰ ਲੋ ਤਿੰਨ ਸਾਲ ਤਾਂ ਬੱਚੇ ਹੋਰ ਸਕੂਲ 'ਚ ਰਹੇ ਜਾਣਗੇ ਬਿਲਕੁਲ ਜੀ ਜਾਂ ਹਾਈ ਬਣਾ ਦਿਓ ਸਭ ਤੋਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਹੁਣ ਤੁਸੀਂ ਅਗਲੀ ਤਰੀਕ ਤੇ ਆ ਕੇ ਦੱਸੋ ਕੀ ਕੀਤਾ ਮੈਂ ਕਹਿੰਦਾ ਨੋਟਿਸ ਨਾਲ ਪਿਛਲੀਆਂ ਅਕਾਲੀ ਭਾਜਪਾ ਤੇ ਕਾਂਗਰਸ ਦੀਆਂ ਸਰਕਾਰਾਂ ਨੂੰ ਵੀ ਜਾਰੀ ਹੋਣਾ ਚਾਹੀਦਾ ਹੈ ਔਰ ਇੱਕ ਠੰਡੇ ਕਵਰੇਜ ਵਿੱਚ ਬਹਿ ਕੇ ਅੱਖਾਂ ਮੀਟ ਕੇ ਬੈਠੇ ਰਹਿੰਦੇ ਐ ਜਿਹੜੀ ਫੀਡਬੈਕ ਥੱਲੇ ਚਲੀ ਗਈ ਜੈ ਸਰ ਜੈ ਸਰ ਜੈ ਸਰ ਜੀ ਅਚੰਚੇਤ ਸਰਕਾਰਾਂ ਦੇ ਮੰਤਰੀ ਆ ਮੌਜੂਦਿਆਂ ਆਲਾ ਵੀ ਨਹੀਂ ਬਹੁਤੇ ਕੀਤੇ ਅਚੰਚੇਤ ਡੀਸੀ ਐਸਡੀਐਮ ਮੰਤਰੀ ਵਿਧਾਇਕ ਪਿੰਡਾਂ ਦੇ ਵਿੱਚ ਦੌਰਾ ਕਰਨਗੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਟੋ ਕਟ ਆਪਣੇ ਹਲਕੇ ਦਾ ਫਿਰੋਜ਼ਪੁਰ ਦੇ ਜਿਹੜੇ ਹਲਕੇ ਦੇ ਵਿੱਚ ਇਹ ਪਿੰਡ ਪੈਂਦਾ ਹੈ ਉਹਦੇ ਐਮਐਲਏ ਨੂੰ ਸ਼ਰਮਣਾ ਆਈ ਤੇ ਪੁਰਾਣੇ ਮੰਤਰੀਆਂ ਸੰਤਰੀਆਂ ਨੂੰ ਉਹਦਾ ਫਰਜ ਬੰਦਾ ਸੀ ਜੇ ਪਿੰਡ ਉਸ ਦੇ ਇਲਾਕੇ ਦਾ ਹੈ ਸਿੱਖਿਆ ਮੰਤਰੀ ਸਾਹਿਬ ਦੇ ਧਿਆਨ ਵਿੱਚ ਲੈ ਕੇ ਜਾਂਦਾ ਇਹ ਹੈ ਦੇਸ਼ ਦੀ ਆਜ਼ਾਦੀ ਦੇ 75 ਸਾਲ ਤੇ ਜਿਹੜੇ ਕਹਿੰਦੇ ਆ ਸੀ 7 ਮਹੀਨਿਆਂ ਚ 75 ਸਾਲ ਜਿੰਨਾ ਕਰਤਾ ਫਿਰ ਆ ਕਾ ਸਕੂਲ ਦਾ ਸੁਧਰਿਆ ਨਹੀਂ ਇਹਦੇ ਨਾਲ ਇਹ ਤਿੰਨੇ ਪਾਰਟੀਆਂ ਜਿਹੜੀਆਂ ਹੁਣ ਤੱਕ ਰਾਜ ਕਰਤਿਆ ਜਿਨ੍ਹਾਂ ਨੇ ਸਭ ਤੋਂ ਵੱਧ ਸਮਾਂ ਅਕਾਲੀ ਭਾਜਪਾ ਕਾਂਗਰਸ ਤੇ 8 ਮਹੀਨੇ ਇਹਨਾਂ ਦੇ ਅੱਜ 18 ਹੋ ਗਈ 8 ਮਹੀਨੇ ਟੱਪ ਗਏ 9ਵਾਂ ਲੱਗ ਗਿਆ ਇਹ ਕੁਝ ਕਰਨਾ ਚਾਹੀਦਾ ਗੱਲਾਂ ਬਾਤਾਂ ਰਾਹੀ ਨਹੀਂ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੀ ਇਸ ਗੱਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਘੱਟੋ-ਘੱਟ ਸੂਵ ਮੋਟਰਸ ਨੋਟਿਸ ਲਏ ਹੈ ਜੀ ਡਾਕਟਰ ਸਾਹਿਬ ਦੂਜੇ ਪਾਸੇ Indore ਦੇ ਵਿੱਚ ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਣ ਦੀ ਇੱਕ ਧਮਕੀ ਮਿਲੀ ਹੈ ਇਹ ਧਮਕੀ ਪਰਿ ਚਿੱਠੀ ਇੱਕ ਮਠਾਈ ਵਾਲੀ ਦੁਕਾਨ ਤੋਂ ਪ੍ਰਾਪਤ ਹੋਈ ਹੈ ਜੀ ਬੰਦੀਪ ਜੀ ਮੈਨੂੰ ਇਉਂ ਲੱਗਦਾ ਕਿ ਇਹਦੇ ਪੜਤਾਲ ਹੋਣੀ ਚਾਹੀਦੀ ਹੈ ਨਿਰਪੱਖਤਾ ਦੇ ਨਾਲ ਜੀ ਪੂਰੀ ਨਿਰਪੱਖਤਾ ਦੇ ਨਾਲ ਇਹ ਪੜਤਾਲ ਕਰਾਈ ਜਾਵੇ ਇੰਦੌਰ ਮੱਧ ਪ੍ਰਦੇਸ਼ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਇਹ ਵੀ ਚਰਚਾ ਚੱਲ ਰਹੀ ਹੈ ਉਹਨੇ 24 ਨਵੰਬਰ ਨੂੰ ਜਾਣਾ ਉੱਥੇ ਇੰਦੌਰ ਖਾਲਸਾ ਸਟੇਡੀਅਮ ਚ ਰਾਤ ਨੂੰ ਆਰਾਮ ਕਰਨਾ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਭਰਮਾ ਹੁਲਾਰਾ ਮਿਲ ਰਿਹਾ ਹੈ ਕਿਤੇ ਉਹਦੇ ਵਿਰੋਧੀ ਸਿਆਸਤਦਾਨ ਸੁਰੱਖਿਆ ਕਰਨਾ ਇਸ ਤਰ੍ਹਾਂ ਦੇ ਲੀਡਰ ਦਾ ਕੇਂਦਰੀ ਦੀਆਂ ਏਜੰਸੀਆਂ ਦਾ ਕੰਮ ਹੈ ਕਿਤੇ ਜਿਵੇਂ ਹਰਮਨ ਪਿਆਰਤਾ ਰਾਹੁਲ ਗਾਂਧੀ ਦੀ ਲੋਕਾਂ ਦੇ ਵਿੱਚ ਇਹ ਭਾਰਤ ਜੋੜੋ ਯਾਤਰਾ ਰਾਹੀ ਬਣ ਰਹੀ ਹੈ ਉਹਨੂੰ ਤਾਰਪਿਡੋ ਕਰਨ ਦੇ ਯਤਨ ਤਾਂ ਨਹੀਂ ਇਹਨਾਂ ਦੌਰ ਦੇ ਡੀਜੀਪੀ ਨੂੰ ਕੇਂਦਰੀ ਏਜੰਸੀਆਂ ਨੂੰ ਜੇ ਸੱਚਮੁੱਚ ਹੈ ਤਾਂ ਉਸ ਤੱਕ ਪਹੁੰਚਣਾ ਚਾਹੀਦਾ ਹੈ ਜਿਹੜੇ ਬੰਦੇ ਨੇ ਇਹ ਧਮਕੀ ਵਾਲਾ ਚਿੱਠੀਆਂ-ਚੁੱਠੀਆਂ ਲਿਖੀਆਂ ਨੇ ਲੋਕਾਂ ਦੇ ਵਿੱਚ ਇਹ ਵੀ ਚਰਚਾ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਕਿ ਕਿਤੇ ਇਹ ਤਾਂ ਨਹੀਂ ਕਿ ਉਹਦੀ ਹਰਮਨ ਪਿਆਰਤਾ ਜਾਂ ਉਹਦੀ ਇਹ ਯਾਤਰਾ ਨੂੰ ਵਿਚੇ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੋਵੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚੋਂ ਪੱਤਰਕਾਰਾਂ ਦੇ ਰਾਹੀਂ ਸਾਡੇ ਕੋਲੇ ਚਰਚਾ ਹੋ ਰਹੀ ਹੈ ਸਾਡੇ ਕੋਲੇ ਖਬਰਾਂ ਪਹੁੰਚ ਰਹੀਆਂ ਨੇ ਰਾਹੁਲ ਗਾਂਧੀ ਨੂੰ ਕਾਫੀ ਹੁਲਾਰਾ ਲੋਕਾਂ ਦਾ ਆਪ ਮਹਾਰੇ ਚੱਲਿਆ ਮਿਲ ਰਿਹਾ ਹੈ ਕੀ ਉਹ 2024 ਦੇ ਵਿੱਚ ਵੋਟਾਂ 'ਚ ਤਬਦੀਲ ਹੋਵੇਗਾ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਜੀ ਤੁਸੀਂ ਸਾਹ ਦੂਜੇ ਪਾਸੇ ਜੋ ਪਿਛਲੇ ਦਿਨਾਂ ਦੇ ਵਿੱਚ ਸਿਕੰਦਰ ਸਿੰਘ ਰੋਕਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਬੀਜੇਪੀ ਦੇ ਨਾਲ ਗੱਠਜੋੜ ਕਰ ਸਕਦੇ ਹਾਂ ਤੇ ਹੁਣ ਉਸ ਦੇ ਉੱਤੇ ਵਾਰ ਕੀਤਾ ਹੈ ਬੀਬੀ ਜਗੀਰ ਕੋਰ ਹੋਰਾਂ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਮੈਨੂੰ ਕਹਿੰਦੇ ਸੀ ਕਿ ਬੀਜੇਪੀ ਦੇ ਨਾਲ ਜਾ ਰਹੇ ਆਂ ਅੱਜ ਉਹੀ ਬੀਜੇਪੀ ਦੇ ਨਾਲ ਰਲਣ ਵਾਸਤੇ ਉਹਨਾਂ ਦੀਆਂ ਲੇਲੜੀਆਂ ਕੱਢ ਰਹੇ ਨੇ ਬਿਲਕੁਲ ਠੀਕ ਕਿਹਾ ਤੁਸੀਂ ਭੁੱਲ ਜਾਂਦੇ ਨੇ ਕਿ ਪਹਿਲਾਂ ਕਿਹਾ ਕੀ ਸੀ ਇਹ ਪੁਰਾਣਾ ਜ਼ਮਾਨਾ ਭੁੱਲ ਸੀ ਜਦੋਂ ਤੁਸੀਂ 5 ਸਾਲ ਪਹਿਲਾਂ ਕੁਝ ਕਹਿ ਗਏ ਪੰਜਾਂ ਸਾਲਾਂ ਬਾਅਦ ਲੋਕਾਂ ਨੂੰ ਯਾਦ ਹੀ ਨਹੀਂ ਰਹਿੰਦਾ ਸੀਗਾ ਵੀ ਇਹ ਕਹਿ ਕੀ ਗਏ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਿਲਕੁਲ ਜੀ ਬੀਬੀ ਜ਼ਗੀਰ ਕੌਰ ਇਸ ਗੱਲ ਦੇ ਉੱਤੇ ਬਿਲਕੁਲ ਠੀਕ ਫਰਮਾ ਰਹੇ ਨੇ ਇਹਨਾਂ ਨੇ ਇਲਜ਼ਾਮ ਲਾਇਆ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਮਾਮਲੇ 'ਚ ਦਖਲ ਦਿੰਦੀ ਹੈ ਉਹਨਾਂ ਦੇ ਆਗੂ ਸਿੱਖਾਂ ਦੇ ਮਾਮਲੇ 'ਚ ਦਖਲ ਦੇ ਰਹੇ ਨੇ ਤੇ ਫਿਰ ਉਹਨਾਂ ਦੀ ਲੜ ਲੜੀਆਂ ਕਾਦੇ ਵਾਸਤੇ ਕੱਢੀਆਂ ਨਹੀਂ ਉਹ ਕਹਿੰਦੇ ਉਹਨਾਂ ਦੇ ਆਗੂ ਹਰਜੀਤ ਗਰੇਵਾਲ ਅਸ਼ਵਨੀ ਸ਼ਰਮਾ ਪ੍ਰਧਾਨ ਹੋਰ ਕਈ ਵੱਡੇ ਆਗੂ ਕਹਿ ਰਹੇ ਮਰਜੰਦਰ ਸਤਸਾ ਵਰਗੇ ਕਿ ਅਸੀਂ ਕੋਈ ਸਮਝੌਤਾ ਨਹੀਂ ਇਹਨਾਂ ਨਾਲ ਕਰਨਾ ਸਾਨੂੰ ਲੋੜ ਨਹੀਂ ਇਹਨਾਂ ਦੀ ਦਰਅਸਲ ਜਦੋਂ ਇਹ ਖੇਤੀ ਕਾਨੂੰਨ ਬਣੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਚਰਚਾ ਹੈ ਜਿਹੜੇ ਕਹਿੰਦੇ ਆ ਨਾ ਕਿ ਇਸ ਅਸਤੀਫਾ ਜੇਬ ਚ ਪਾ ਕੇ ਗਏ ਸੀ ਤੇ ਤਿੰਨ ਮਹੀਨੇ ਫਿਰ ਤੁਸੀਂ ਉਹਦਾ ਪ੍ਰਚਾਰ ਕਿਉ ਕਰੀਗੇ ਸਭ ਤੋਂ ਬਜ਼ੁਰਗ ਸਿਆਸਦਾਨ 95 ਸਾਲ ਦੇ ਬਾਪੂ ਪ੍ਰਕਾਸ਼ ਸਿੰਘ ਬਾਦਲ ਤੋਂ ਇਹਦੇ ਗੋਗੇ ਕਿਉ ਪੜਾਏ ਜਦੋਂ ਕਿਸਾਨਾਂ ਨੇ ਘਰੋਂ ਨਿਕਲਣਾ ਬੰਦ ਕਰਤਾ ਤੇ ਫੇਰ ਕਿਸਾਨਾਂ ਦੇ ਪੱਖ 'ਚ ਖੜਨ ਲੱਗੇ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਹੂੰ ਸੋ ਉਦੋਂ ਫਿਰ ਜਾ ਕੇ ਇਹਨਾਂ ਨੂੰ ਬਹੁਤ ਅਫਸੋਸ ਹੋਇਆ ਕੀ ਕਰੀਏ ਕਿੱਧਰ ਨੂੰ ਜਾਈਏ ਤੇ ਬੀਬੀ ਜੀ ਰਿਕਾਰਡ ਨੇ ਜਿਹੜਾ ਕਿਹਾ ਕਿ ਕਹਿੰਦੇ ਸਾਡਾ ਬੀਜੇਪੀ ਨਾਲ ਹੀ ਸਮਝੌਤਾ ਹੋ ਸਕਦਾ ਹੈ ਜੇ ਬੀਜੇਪੀ ਤੁਹਾਡੇ ਧਾਰਮਿਕ ਮਾਮਲੇ 'ਚ ਦਖਲ ਦਿੰਦੀ ਹੈ ਉਹਨਾਂ ਦੀ ਆਰਐਸਐਸ ਤੇ ਹੁਣ ਤੁਸੀਂ ਕਾਲੇ ਹੋਏ ਖੜੇ ਹੋ ਉਹਨਾਂ ਨਾਲ ਦੂਜਾ ਕੋਈ ਬੀਜੇਪੀ ਦਾ ਹੱਥ ਬੁਲਾਵੇ ਹੋਰ ਹੀ ਠੀਕ ਤੁਸੀਂ ਬੁਲਾਵੋ ਸਾਰਾ ਕੋਈ ਜਾਇਜ਼ ਆਏ ਤੇ ਜੇ ਉਹਨਾਂ ਦੇ ਹਰਜੀਤ ਗਰੇਵਾਲ ਹੋਰੀ ਆਗੂ ਨੇ ਉਹਨਾਂ ਨੇ ਕਹਿਤਾ ਕਿ ਜਿਹੜੇ ਮੋਦੀ ਸਾਹਿਬ ਨੂੰ ਆਗੂ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਨੂੰ ਸਹੀ ਸਮਝਦੇ ਜਦੋਂ ਮਰਜੀ ਆਜੇ ਇਹਨਾਂ ਦੇ ਨਾਲ ਸਾਡਾ ਸਮਝੌਤਾ ਨਹੀਂ ਹੋ ਸਕਦਾ ਲੇਕਿਨ ਜਦੋਂ ਦਰੋਪਦੀ ਮੁਰਮੂ ਦੀਆਂ ਵੋਟਾਂ ਆਈਆਂ ਸੀ ਇਹਨਾਂ ਨੇ ਇੱਕ ਫੋਨ ਕਰ ਲਿਆ ਇਹਨਾਂ ਨੇ ਜਿਵੇਂ ਕਹਿੰਦੇ ਨਾ ਸੱਦੀ ਹੋਈ ਮਿੱਤਰਾਂ ਦੀ ਮੈਂ ਪੈਰ ਜੁੱਤੀ ਨਾ ਪਾਵਾਂ ਤੇ ਭੱਜ ਕੇ ਉੱਥੇ ਜਾ ਪਹੁੰਚੇ ਤੇ ਜਦੋਂ ਪਰ ਉਪੋ ਰਾਸ਼ਟਰਪਤੀ ਜਗਦੀਪ ਧਨਕਰ ਸਾਹਿਬ ਦਾ ਉਦੋਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਸੋ ਹਰ ਵੇਲੇ ਅਕਾਲੀ ਦਲ ਨੇ ਧੋਗਲੀ ਨੀਤੀ ਨੂੰ ਹੀ ਤਰਜੀਹ ਦਿੱਤੀ ਹੈ ਇਹੋ ਕਾਰਨ ਹੈ ਕਿ ਇਹਨਾਂ ਦਾ ਸਥਿਤੀ ਜਿਹੜੀ ਹੈ ਉਹ ਐਸ ਵੇਲੇ ਆਮ ਜਨਤਾ ਦੇ ਵਿੱਚ ਫਿੱਕੇ ਪੈ ਚੁੱਕੇ ਨੇ ਲੋਕਾਂ ਤੋਂ ਦੂਰ ਹੋ ਚੁੱਕੇ ਨੇ ਜਦੋਂ ਬੰਦਾ ਕੋਈ ਲੋਕਾਂ ਤੋਂ ਦੂਰ ਹੋ ਜਾਵੇ ਅਜੀਬ ਇਹਨਾਂ ਨੇ ਠੰਡੇ ਮੱਤ ਦੇ ਨਾਲ ਨਾ ਤਾਂ ਇਕਬਾਲ ਸਿੰਘ ਝੁੰਦਾ ਦੀ ਸਪਾਰਸ਼ ਕੀਤੀ ਰਿਪੋਰਟ ਤੇ ਕੋਈ ਪਹਿਰਾ ਦਿੱਤਾ ਹੈ ਔਰ ਨਾ ਹੀ ਲੋਕ ਭਾਵਨਾਵਾਂ ਨੂੰ ਕਿਸੇ ਤਰੀਕੇ ਨਾਲ ਦੇਖਿਆ ਜੇ ਲੋਕ ਭਾਵਨਾਵਾਂ ਨੂੰ ਨਹੀਂ ਦੇਖਣਗੇ ਜੇ ਤਾਂ 2015 ਚ ਇਹਨਾਂ ਨੇ ਪ੍ਰਚਾਰ ਕੀਤਾ ਕਿ ਵਿਰੋਧੀਆਂ ਨੇ ਸਾਡੇ ਵਿਰੁੱਧ ਪ੍ਰਚਾਰ ਕਰ ਕਰਕੇ ਸਾਨੂੰ 15 ਸੀਟਾਂ ਤੇ ਸਵੇਟਤਾ ਸਰਕਾਰ ਤਾਂ ਅਮਰਿੰਦਰ ਸਿੰਘ ਤੇ ਚਰਜੀ ਚੰਨੀ ਦੀ ਸੀ ਜਿਹੜੇ ਫੇਰ ਵੀ 18 ਜਮਾ 19 ਸੀਟਾਂ ਲੈ ਗਏ ਤੇ ਤੁਸੀਂ ਤਾਂ 15 ਤੋਂ 1 ਜਮਾ 2 ਤੇ ਆ ਗਏ ਜਿਹੜਾ ਐਂਟੀ ਇਨਕੰਨਵੈਂਸੀ ਸੀ ਉਹ ਤਾਂ ਉਹਨਾਂ ਦੀ ਸੀ ਤੁਹਾਡੀ ਤਾਂ ਨਹੀਂ ਸੀ ਤੁਹਾਡਾ ਫੇਰ ਸੁਗੜ ਜਾਣਾ ਲੋਕਾਂ ਦੇ ਵਿੱਚ ਤੁਹਾਡੀ ਸ਼ਾਖ ਜਿਹੜੀ ਡਿੱਗੀ ਐ ਜਦੋਂ ਤੱਕ ਇਹ ਸ਼ਾਖ ਨੂੰ ਨਹੀਂ ਬਚਾਉਂਗੇ ਉਦੋਂ ਤੱਕ ਇਹ ਸਥਿਤੀ ਰਹੂਗੀ ਬੀਬੀ ਜੀ ਗਿਰਕੌਰ ਜਿਹੜਾ ਬਲੂਕੇ ਹੋਰਾਂ ਤੇ ਸਵਾਲ ਠਾਇਆ ਹੈ ਬਲੂਕਾ ਸਾਹਿਬ ਨੂੰ ਜਾਂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਜੀ ਟਰਸਰ ਸਾਹਿਬ ਦੂਜੇ ਪਾਸੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਲਗਾਤਾਰ ਮਿਲ ਰਹੇ ਨੇ ਇਹ سلسلہ ਨਹੀਂ ਰੁਕ ਰਿਹਾ ਕਾਰਨ ਕੀ ਲੱਗਦਾ ਸਰਕਾਰ ਦੇ ਜਿਹੜੀ ਕਾਰਜਗੁਜ਼ਾਰੀ ਹੈ ਜਿਹੜੀ ਪੰਜਾਬ ਪੁਲਿਸ ਦੀ ਹੈ ਕਿਤੇ ਨਾ ਕਿਤੇ ਇਸ ਦੇ ਵਿੱਚ ਫੈਲ ਨਜ਼ਰ ਆ ਰਹੀ ਹੈ ਤਕੋ ਇਹ ਫਰੀਦਕੋਟ ਦਾ ਮਾਮਲਾ ਹੈ ਜੀ ਫਰੀਦਕੋਟ ਦੀ ਜੇਲ ਬਹੁਤ ਲੰਬੇ ਸਮੇਂ ਤੋਂ ਸਵਾਲਾਂ ਦੇ ਘੇਰੇ ਚਾ ਉਥੇ ਜਦੋਂ ਬਾੜ ਖੇਤ ਨੂੰ ਖਾਨ ਲੱਗ ਜਾਵੇ ਜੀ ਜਿਨ੍ਹਾਂ ਨੇ ਰਾਖੀ ਕਰਨੀ ਸੀ ਜੇ ਉਹੀ ਨਸ਼ੇ ਦੇਣ ਜੇਲ ਚ ਦੇ ਵਿੱਚ ਅੰਦਰ ਜਾ ਕੇ ਫਿਰ ਰੱਬ ਰੱਖਾ ਹ ਜਿਹੜੇ ਜੇਲ ਦੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਸਾਹਿਬ ਉਹਨਾਂ ਨੇ ਕਈ ਕਦਮ ਚੁਕਾਏ ਨੇ ਪਰ ਜਿਹੜਾ ਇਹ ਮੋਬਾਈਲ ਵਗੈਰਾ ਮਿਲਦਾ ਹੈ ਅਜੀਬ ਹੀ ਉਹਨਾਂ ਕਾਲੀਆਂ ਭੇਡਾਂ ਦਾ ਦਿਖਣਾ ਚਾਹੀਦਾ ਕੋ ਕਿੱਥੇ ਜੇ ਛੁਪੇ ਬੈਠੇ ਨੇ ਨਹੀਂ ਤਾਂ ਬਹੁਤ ਦੇਰ ਹੋ ਚਾਵੇਗੀ ਜੀ ਇਸ ਵਾਰ ਦੂਜੇ ਪਾਸੇ ਪੰਜਾਬ ਦੇ ਵਿੱਚ ਹਾਈਵੇ ਦੇ ਉੱਤੇ ਤਕਰੀਬਨ 5000 ਦੇ ਲਗਭਗ ਕਿਲੋਮੀਟਰ ਦੇ ਉੱਤੇ ਕੋਈ ਵੀ ਆਰਾਮ ਜਿਹੜਾ ਆਪਣਾ ਰੈਸਟ ਏਰੀਆ ਜੀ ਖੇਤਰ ਹੈ ਉਹ ਕੋਈ ਨਹੀਂ ਦਿਖਾਈ ਦਿੰਦਾ ਜੀ ਅੱਜ ਇਹ ਪੰਜਾਬੀ ਦਾ ਅਖਬਾਰ ਹੈ ਜਲੰਧਰ ਤੋਂ ਸ਼ਬਦਾਂ ਜਾਗਰਣ ਜੀ ਇਨਾਂ ਨੇ ਬਹੁਤ ਹੀ ਪ੍ਰਮੁਖਤਾ ਦੇ ਨਾਲ ਪਿਛਲੇ ਕਈ ਦਿਨ ਤੋਂ ਖਬਰਾਂ ਲਾ ਰਹੇ ਨੇ ਉਹ ਕਹਿੰਦੇ ਕਿ ਜਿਹੜਾ ਸੜਕਾਂ ਦੀ ਪੜਤਾਲ ਕੀਤੀ ਹੈ ਉਹਦੇ ਵਿੱਚ 7476 ਕਿਲੋਮੀਟਰ ਪੰਜਾਬ ਦੀਆਂ ਸੜਕਾਂ ਦਾ ਪੜਤਾਲ ਹੋਈ ਹੈ ਆਡਿਟ ਹੋਇਆ ਹੈ 2839 ਕਿਲੋਮੀਟਰ ਕੌਮੀ ਸ਼ਾਹਮਾਰਗ ਹੈ ਜੀ 2158 ਸੂਬਾਈ ਸੜਕਾਂ ਉਹ ਕਹਿੰਦੇ 2021 ਦੇ ਵਿੱਚ ਗਲਤ ਦਿਸ਼ਾ ਤੋਂ ਡਰਾਈਵਿੰਗ ਚਲਾਉਣ ਦੇ ਮਾਮਲੇ ਦੇ ਵਿੱਚ 738 ਹਾਦਸੇ ਵਾਪਰੇ ਐ ਜਿਨ੍ਹਾਂ ਦੇ ਵਿੱਚ 522 ਮੌਤਾਂ ਹੋਈਆਂ ਨੇ ਪੰਜਾਬ ਦੇ ਵਿੱਚ ਕੁੱਲ ਮੌਤਾਂ ਜਿਹੜੀਆਂ ਪਿਛਲੇ ਸਾਲ ਹੋਈਆਂ ਉਹਨਾਂ ਦੀ ਗਿਣਤੀ 4599 ਹੈ ਇੱਕ ਘਟ 4600 ਉਹਨਾਂ ਨੇ ਨਾ ਬਹੁਤ ਮਿਹਨਤ ਕੀਤੀ ਹੈ ਉਹਨਾਂ ਦੇ ਟੀਮ ਨੇ ਉਹਨਾਂ ਨੇ ਸਮੇਂ ਮੁਤਾਬਕ ਵੀ ਦੇਖਿਆ ਜਿਹੜੇ ਹਾਸੇ ਵਾਪਰੇ ਨੇ ਜੀ ਸਵੇਰੇ 6 ਤੋਂ 9 ਤੱਕ 174 ਮੌਤਾ ਸ਼ਹਿਰੀ ਖੇਤਰਾਂ ਦੀ ਤੇ ਪਿੰਡੂ ਚ ਹੋਈਆਂ ਨੇ 297 9 ਤੋਂ 12 175 ਦਿਹਾਤੀ ਨਾ ਸ਼ਹਿਰੀ ਤੇ 318 ਦਿਹਾਤੀ ਖੇਤਰ 12 ਤੋਂ 2 176 ਸ਼ਹਿਰੀ 368 ਜਿਹੜਾ ਪੇਡੂ ਖੇਤਰ ਚ ਜੀ 3 ਤੋਂ 6 ਵਜੇ ਦੇ ਵਿੱਚ 282 ਸ਼ਹਿਰੀ 413 ਪਿੰਡਾਂ ਦੇ ਵਿੱਚ 6 ਤੋਂ 9 388 ਸ਼ਹਿਰੀ ਤੇ 564 ਕੁੱਲ 952 ਜਿਹੜਾ ਇਹ ਅੰਕੜਾ 6 ਤੋਂ 9 ਵਾਲਾ ਇਹਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਤੇ 912 9 ਤੋਂ 12 ਦੇ ਵਿੱਚ 638 ਇਹਦਾ ਮਤਲਬ ਇਹ ਹੋਇਆ ਤਕਰੀਬਨ 952 950 ਤੋਂ ਵੱਧ ਇਹਦਾ ਮਤਲਬ ਇਹ ਹੋਇਆ ਕਿ ਇਹ ਉਹ ਟਾਈਮ ਹੈ ਜਦੋਂ ਗਰਮ ਪਾਣੀ ਦੇ ਗਰਾਰੇ ਵੀ ਕਰ ਲੈਂਦੇ ਨੇ ਲੋਕ ਹੂੰ ਇਹ ਚੀਜ਼ਾਂ ਬਹੁਤ ਮਾੜੀਆਂ ਨੇ ਕਹਿੰਦੇ 2497 ਕਿਲੋਮੀਟਰ ਜ਼ਿਲ੍ਹਾ ਸੜਕਾਂ ਨੇ ਕਈ ਥਾਈਂ ਤੇ ਗਲਤ ਸਾਈਡ ਤੋਂ ਆਉਣਾ ਡਰਾਈਵਿੰਗ ਕਰਦੇ ਨਜ਼ਰ ਆਏ ਲੋਕ ਪੁੱਠੇ-ਸੱਪਸੇ ਨੂੰ ਦੇਖੀ ਜਾਂਦੇ ਆ ਉਹਦੇ ਨਾਲ ਵੀ ਹਾਸੇ ਵਾਪਰੇ ਆ ਬੜੀ ਮਿਹਨਤ ਨਾਲ ਇਹ ਖਬਰ ਇਹਨਾਂ ਨੇ ਕੀਤੀ ਹੈ ਔਰ ਪੰਜਾਬ ਸਰਕਾਰ ਵਾਸਤੇ ਇਹ ਬਹੁਤ ਜੇ ਚੰਡੀਗੜ੍ਹ ਦੇ ਪੈਟਰਨ ਦੇ ਉੱਤੇ ਪੰਜਾਬ ਦੇ ਵਿੱਚ ਵੀ ਲਾਈਟਾਂ ਲੱਗ ਜਾਣ ਕੈਮਰੇ ਲੱਗ ਜਾਣ ਜਿਹੜੇ ਪੁੱਠੇ ਪਾਸੇ ਤੋਂ ਆਉਂਦੇ ਆ ਜਦੋਂ ਉਹਨਾਂ ਦਾ ਚਲਾਨ ਉਹਨਾਂ ਦੇ ਘਰਾਂ 'ਚ ਜਾਏ ਦੇ ਲੋਕ ਆਪਣੇ ਆਪ ਸਿੱਧੇ ਹੋ ਜਾਣਗੇ ਇਹੀ ਲੋਕ ਜਿਹੜੇ ਇੱਥੇ ਪੁੱਠੇ ਚੱਲਦੇ ਐ ਖਾਰੜ ਜਾਂ ਜੀਰਕਪੁਰ ਟੱਪਣ ਸਾਹਿਬ ਐਨ ਤੀਰ ਵਰਗੇ ਸਿੱਧੇ ਹੋ ਜਾਂਦੇ ਨੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਲੋਕ ਵੀਰ ਭਾਈ ਕਹਿ ਨਾਲ ਨਹੀਂ ਸਮਝਦੇ ਅਸੀਂ ਸ਼ਕਤੀ ਦੇ ਨਾਲ ਹੀ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੇ ਐ ਆਪਣਾ ਫਰਜ਼ ਅਦਾ ਕਰ ਲੋ ਦੋਸਤੋ ਜਿੰਨਾ ਘਰਾਂ ਦੇ ਉਹ ਚਿਰਾਗ ਬੁਝ ਗਏ ਲਗਭਗ ਇੱਕ ਘਟ 4600 ਘਰਾਂ ਦੇ ਚਿਰਾਗ ਜਿਹੜੇ ਬੁਝੇ ਨੇ ਇਹ ਦੇਖ ਲਿਓ ਕਿ ਉਹਨਾਂ ਦੇ ਹਾਲ ਕੀ ਨੇ ਬਹੁਤ ਮੰਦ ਭੱਗ ਹੈ ਆਪੋ ਆਪਣੇ ਫਰਜ਼ ਅਦਾ ਕਰੋ ਨਹੀਂ ਤਾਂ ਇਹ ਖੂਨੀ ਸੜਕਾਂ ਇਸੇ ਤਰ੍ਹਾਂ ਵੱਧਦੀਆਂ ਜਾਣਗੀਆਂ ਇਹਨਾਂ ਦੇ ਵਿੱਚ ਲਾਂਘੇ ਕੱਢੇ ਹੋਇਆ ਪੁੱਠੇ ਲਾਂਘੇ ਕੱਢੇ ਹੋਇਆ ਇਹ ਸਾਰਾ ਕੁਝ ਅੱਜ ਇਹਨਾਂ ਨੇ ਵਰਣਨ ਕੀਤਾ ਹੈ ਔਰ ਸਾਨੂੰ ਇਹਨਾਂ ਮਾਮਲਿਆਂ ਦੇ ਵਿੱਚ ਸੁਚੇਤ ਕੀਤਾ ਹੈ ਜੇ ਸੁਚੇਤ ਨਹੀਂ ਹੋਵਾਂਗੇ ਆਗਾਮ ਪਹਿਲਾਂ ਤੋ ਅੱਖੀ ਤੁੱਦ ਤੇ ਹੁਣ ਜਿਹੜੀ ਦੂਜੀ ਧੁੰਦ ਆਵੇਗੀ ਉਹਦੇ ਵਿੱਚ ਵੀ ਅ ਜਿਹੜਾ ਹੈਗਾ ਇਹ ਨੁਕਸਾਨ ਹੋਵੇਗਾ ਸੜਕਾਂ ਦਾ ਬਣਿਆ ਦੀ ਢਾਚਾ ਸੁਧਾਰੇ ਬਿਨਾ ਸੁਰੱਖਿਆਤ ਨਹੀਂ ਹੋ ਸਕਦਾ ਪੰਜਾਬ ਦੀਆਂ ਸੜਕਾਂ ਦਾ ਸਫ਼ਰ ਜੀ 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 ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੁੱਲੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸ਼ੁਕਰ ਹੈ ਜੀ ਬਹੁਤ ਬਹੁਤ ਮਿਹਰਬਾਨੀ ਤੇ ਪਿਆਰੇ ਦਰਸ਼ਕੋ ਕੱਲ ਫਿਰ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਸਾਨੂੰ ਦੋਵਾਂ ਨੂੰ ਦਿਉਦਾਜ ਜਾਜਤ ਧੰਨਵਾਦ